ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੌਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਇੱਕ ਚਮਤਕਾਰ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਉਸ ਸਮੇਂ ਰੇਲਾਂ ਨਹੀਂ ਸਨ ਹੁੰਦੀਆਂ ਵਾਟਾਂ ਵੀ ਬਹੁਤ ਹੀ ਲੰਮੀਆਂ ਹੁੰਦੀਆਂ ਸਨ ਸੜਕਾਂ ਵੀ ਨਹੀਂ ਸਨ ਮੁਸਾਫਰ ਓਖੇ ਸੋਖੇ ਕੱਚੀਆਂ ਡੰਡੀਆਂ ਤੇ ਹੀ ਸਫ਼ਰ ਕਰਦੇ ਪਰ ਉਨੀ ਦਿਨੀ ਵੀ ਪਿਆਰ ਨੂੰ ਲੰਮੀਆਂ ਵਾਟਾਂ ਦੀ ਪਰਵਾਹ ਨਹੀਂ ਸੀ ਹੁੰਦੀ ਕੋਈ ਸੜਕ ਨਹੀਂ ਕੋਈ ਰਸਤਾ ਨਹੀਂ ਪਰ ਮਿਲਣ ਵਾਲੇ ਸਾਰੀਆਂ ਔਕਣਾ ਝਾਕ ਕੇ ਜਿਵੇਂ ਪੰਛੀਆਂ ਦੀ ਤਰ੍ਹਾਂ ਉੜ ਕੇ ਮਿਲਦੇ ਹੁਣ ਇਨ੍ਹਾਂ ਸਮਿਆਂ ਵਿੱਚ ਵੀ ਭਾਰਤ ਦੇ ਦੂਰ ਉੱਤਰ ਪੱਛਮੀ ਸਰਹੱਦੀ ਸੂਬੇ ਦੇ ਹਜ਼ਰੋ ਦੇ ਲੋਕ ਪੋਠੋਹਾਰ ਦੀਆਂ ਕੁੜੀਆਂ ਵਿਆਵਣ ਆਉਂਦੇ ਗਹਿਣੇ ਗੱਟੇ ਨਾਲ ਸਜੀਆਂ ਲਾੜੀਆਂ ਆਪਣੇ ਪੇਕੇਆਂ ਤੋਂ ਸਹੁਰਿਆਂ ਦੇ ਘਰ ਉਥੋਂ ਵਾਪਸ ਅਤੇ ਫਿਰ ਆਪਣੇ ਸਹੁਰਿਆਂ ਦੇ ਨਵੇਂ ਘਰ ਘੋੜੀਆਂ ਤੇ ਖਚਰਾਂ ਤੇ ਆਉਂਦੀਆਂ ਜਾਂਦੀਆਂ। ਲੜਕੀ ਦੇ ਘਰ ਆਏ ਮੇਲ ਅਤੇ ਲੜਕੇ ਵਾਲਿਆਂ ਦੀ ਬਰਾਤ ਦਾ ਆਪਸ ਵਿੱਚ ਮੇਲ ਮਿਲਾ ਬਹੁਤ ਹੀ ਮਜ਼ੇਦਾਰ ਹੁੰਦਾ। ਲੜਕੀਆਂ ਦੇ ਆਪਣੇ ਮਾਪਿਆਂ ਤੋਂ ਵਿਛੋੜੇ ਅਤੇ ਲਾੜੀਆਂ ਦੇ ਆਪਣੇ ਲਾੜਿਆਂ ਨਾਲ ਮਿਲਾਬ ਦੇ ਦ੍ਰਿਸ਼ ਬਹੁਤ ਹੀ ਕਰਣਾਮਈ ਹੁੰਦੇ। ਜਦੋਂ ਵਿਛੜਦੇ ਤਾਂ ਜਾਪਦਾ ਕਿ ਵਾਟਾਂ ਇੰਨੀਆਂ ਲੰਮੀਆਂ ਨੇ ਜੋ ਮੁਕਣ ਵਿੱਚ ਨਾ ਆਉਣ। ਪਰ ਮੇਲ ਦੀ ਘੜੀ ਵਿੱਚ ਸਾਰੀਆਂ ਵਾਟਾਂ ਤੁਛ ਲੱਗਦੀਆਂ ਪੁੱਤਰਾਂ ਨੂੰ ਉਡੀਕਦੀਆਂ ਮਾਵਾਂ ਪਤਿਆਂ ਨੂੰ ਉਡੀਕਦੀਆਂ ਪਤਨੀਆਂ ਅਤੇ ਦੂਰ ਪੇਕਿਆਂ ਘਰੀ ਬੈਠੀਆਂ ਲਾੜੀਆਂ ਨੂੰ ਉਡੀਕਦੇ ਲਾੜਿਆਂ ਦੀਆਂ ਸੈਂਕੜੇ टाੰਗਾਂ ਅੱਖਾਂ ਸੜਕਾਂ ਵੱਲ ਲੱਗੀਆਂ ਰਹਿੰਦੀਆਂ ਜਿੰਨੀ ਵੱਧ टाੰਗ ਓਨੀ ਹੀ ਉਡੀਕ ਅਤੇ ਮੇਲ ਤੇ ਓਨੀ ਹੀ ਵੱਧ ਖੁਸ਼ੀ ਹੁੰਦੀ ਹੈ ਆਦਮੀ ਅਤੇ ਔਰਤ ਦੀ ਮਿਲਣੀ ਅਤੇ ਇੱਕ ਦੂਸਰੇ ਨਾਲ ਵਿਛੋੜਾ ਕਮਾਲ ਦੀ ਪ੍ਰੇਮ ਲੀਲਾ ਹੁੰਦੀ ਲੋਕਾਂ ਦੀਆਂ ਖੁਸ਼ੀਆਂ ਤੇ ਗਮੀਆਂ ਬਿਲਕੁਲ ਸਤਹੀ ਨਹੀਂ ਸਨ ਹੁੰਦੀਆਂ ਉਹਨਾਂ ਵਿੱਚ ਅਹਿਸਾਸ ਦੀ ਡੂੰਘਾਈ ਹੁੰਦੀ ਸੀ ਮਿਲਣ ਵਾਲਿਆਂ ਦੀ ਸਾਧਾਰਨ ਮੁਸਕਰਾਹਟ ਅਤੇ ਵਿਛੜਨ ਵਾਲਿਆਂ ਦੇ ਸਾਧਾਰਨ ਹੋਕਿਆਂ ਵਿੱਚ ਡੂੰਘੇ ਅਰਥ ਹੁੰਦੇ ਸਨ ਇਹ ਫੈਸਲਾ ਕਰਨਾ ਬਹੁਤ ਔਖਾ ਹੈ ਕਿ ਉਦੋਂ ਦਾ ਜੀਵਨ ਚੰਗਾ ਸੀ ਜਾਂ ਹੁਣ ਦਾ ਚੰਗਾ ਹੈ ਇਨ ਰੇਲਾਂ ਤੇ ਸੜਕਾਂ ਆਉਣ ਤੋਂ ਪਹਿਲਾਂ ਦੇ ਦਿਨੀ ਪੋਠੋਹਾਰ ਦੇ ਇੱਕ ਪਿੰਡ ਸਾਗਰੀ ਵਿੱਚ ਦੂਰ ਦੁਰਾਡੇ ਹਜ਼ਰਤੋਂ ਇੱਕ ਕੁਲ ਬ੍ਰਾਹਮਣ ਆਇਆ ਉਹ ਨਵ ਵਿਹਾਈ लाੜੀ ਦੇ ਲਾੜੇ ਦੀ ਨੀਲੀ ਘੋੜੀ ਲੈ ਕੇ लाੜੀ ਨੂੰ ਆਪਣੇ ਪ੍ਰੇਮੀ ਕੋਲ ਲੈ ਜਾਣ ਲਈ ਆਇਆ ਸੀ लाੜੀ ਨੂੰ ਆਪਣੇ ਮਾਪਿਆਂ ਕੋਲ ਰਹਿੰਦਿਆਂ ਕਾਫੀ ਸਮਾਂ ਹੋ ਗਿਆ ਸੀ ਉਸ ਦੀ ਗੋਦ ਵਿੱਚ ਇੱਕ ਮਿੱਠਾ ਜਿਹਾ ਹੰਸੂ ਹੰਸੂ ਕਰਦਾ ਬਾਲ ਸੀ ਉਹ ਆਪਣੀ ਮਾਂ ਨੂੰ ਪਕੜਨ ਲਈ ਬਾਹਾਂ ਉਲਾਰਦਾ। ਇਸ ਨਵਜਨਮੇ ਬੱਚੇ ਦੀ ਖਬਰ ਉਸਦੇ ਪਤੀ ਨੂੰ ਪਹੁੰਚ ਚੁੱਕੀ ਸੀ। ਅਤੇ ਉਹ ਬੱਚੇ ਦੀ ਮਾਂ ਨੂੰ ਮਿਲਣ ਲਈ ਉਤਾਵਲਾ ਸੀ। ਜਿਸ ਨੇ ਉਸ ਨੂੰ ਬੱਚੇ ਦੇ ਰੂਪ ਵਿੱਚ ਜ਼ਿੰਦਗੀ ਦਾ ਮਿੱਠਾ ਮੇਵਾ ਦਿੱਤਾ ਸੀ। ਲੜਕੀ ਨੂੰ ਸੁਪਨੇ ਆਉਂਦੇ ਉਸ ਦਾ ਪਤੀ ਉਸ ਨੂੰ ਕਿਵੇਂ ਮਿਲੇਗਾ? ਉਸ ਦਾ ਅੰਗ ਅੰਗ ਨਸ਼ਿਆ ਜਾਂਦਾ। ਪਤੀ ਸੋਚਦਾ ਕਿਉਂ ਆਪਣੇ ਪਿਆਰ ਦੇ ਹਜ਼ਾਰਾਂ ਦਿਨ ਉਸਦੇ ਆਈ ਦੇ ਕਦਮਾਂ ਤੇ ਰੱਖ ਦੇਵੇਗਾ। ਮਾਪਾਪ ਨੇ ਪੂਰੀ ਤਿਆਰੀ ਕਰ ਲਈ ਸੀ। ਪੋਠੋਹਾਰ ਵਿੱਚ ਸੋਹਰੇ ਜਾਂਦੇ ਕੁੜੀ ਨੂੰ ਹਰ ਵਾਰ ਹੀ ਦਹੇਜ ਦਿੱਤਾ ਜਾਂਦਾ ਸੀ। ਦਹੇਜ ਦੇਖਣ ਲਈ ਸਾਰਾ ਪਿੰਡ ਇਕੱਠਾ ਹੋਇਆ। ਬੇਟੀ ਨੇ ਬੁਖਾਰੇ ਦੇ ਰੇਸ਼ਮ ਦਾ ਸੂਟ ਪਾਇਆ ਹੋਇਆ ਸੀ। ਉਸ ਨੇ ਹਰ ਤਰ੍ਹਾਂ ਦੇ ਗਹਿਣੇ ਵੀ ਪਾਏ ਹੋਏ ਸਨ। ਜਦੋਂ ਆਪਣੇ ਪਤੀ ਦੀ ਘੋੜੀ ਤੇ ਬੈਠ ਜਾਣ ਲਈ ਪਿੰਡੋਂ ਬਾਹਰ ਨਿਕਲੀ ਤਾਂ ਸਭ ਤੋਂ ਕੀਮਤੀ ਹੀਰਾ ਉਸ ਦਾ ਬੇਟਾ ਵੀ ਉਸ ਦੀ ਗੋਦੀ ਵਿੱਚ ਸੀ। ਘੋੜੀ ਦੇ ਗਲ ਦਾ ਰੱਸਾ ਕੁੱਲ ਬ੍ਰਾਹਮਣ ਦੇ ਹੱਥ ਸੀ ਅਤੇ ਘੋੜੀ ਦੀ ਪਿਆਰੀ ਜਈ ਮਾਲਕਣ ਦੇ ਇੱਕ ਹੱਥ ਵਿੱਚ ਲਗਾਮ ਸੀ ਤੇ ਦੂਸਰੇ ਹੱਥ ਨਾਲ ਉਸਨੇ ਬੱਚਾ ਸੰਭਾਲਿਆ ਹੋਇਆ ਸੀ ਸਾਰਾ ਪਿੰਡ ਉਸ ਨੂੰ ਵਿਦਾ ਕਰਨ ਆਇਆ ਉਸ ਦੇ ਭਰਾ ਬਹੁਤ ਦੂਰ ਤੱਕ ਘੋੜੀ ਦੇ ਨਾਲ ਆਏ ਜਦੋਂ ਤੋਂ ਬਹੁਤ ਚੜਾਈ ਤਾਂ ਉਹ ਵਾਪਸ ਮੁੜ ਗਏ ਜੋ ਪਿੱਛੇ ਰਹਿ ਜਾਂਦੇ ਨੇ ਉਹ ਛੇਤੀ ਭੁੱਲ ਜਾਂਦੇ ਨੇ ਜਦੋਂ ਅਸੀਂ ਦੂਰ ਦਿਸਾਦੇ ਤੇ ਖੜਿਆਂ ਨੂੰ ਮਿਲਣ ਲਈ ਤਾਂਗਰੇ ਹੁੰਦੇ ਹਾਂ ਤਾਂ ਪਿਛਲਿਆਂ ਨੂੰ ਭੁੱਲਣਾ ਵੀ ਪੈਂਦਾ ਹੈ ਸਾਗਰੀ ਨਾਲ ਉਸ ਨੂੰ ਬਚਪਨ ਤੋਂ ਹੀ ਮੋਹ ਸੀ ਉੱਥੋਂ ਦੇ ਲੋਕਾਂ ਤੇ ਥਾਵਾਂ ਦੇ ਦ੍ਰਿਸ਼ ਹੌਣ ਮਨ ਵਿੱਚੋਂ ਨਿਕਲਦੇ ਜਾ ਰਹੇ ਸਨ ਹੁਣ ਉਹ ਆਪਣੀ ਕਲਪਨਾ ਦੀਆਂ ਅੱਖਾਂ ਨਾਲ ਹਜ਼ਰوں ਨੂੰ ਜਾਂਦੇ ਇਸ ਰਾਹ ਦੇ ਦੂਰ ਸਿਰੇ ਤੇ ਖੜੇ ਆਪਣੇ ਪਿਆਰੇ ਪਤੀ ਨੂੰ ਉਡੀਕ ਕਰਦਿਆਂ ਦੇਖ ਰਹੀ ਸੀ ਉਸ ਦੀ ਪਤੀ ਨੂੰ ਮਿਲਣ ਦੀ ਸਿੱਖ ਕਿੰਨੀ ਚੁੱਪ ਪਰ ਕਿੰਨੀ ਤੀਬਰ ਸੀ ਹਜ਼ਰੋ ਜਾਣਦੀ ਉਹ ਸੁਪਨਿਆਂ ਵਿੱਚ ਗਵਾਚੀ ਹੋਈ ਸੀ ਉਹ ਸੋਚ ਰਹੀ ਸੀ ਕਿ ਹੁਣ ਤੋਂ 10 ਦਿਨ ਬਾਅਦ ਜਦੋਂ ਉਹ ਹਜ਼ਰੋ ਪਹੁੰਚੇਗੀ ਤਾਂ ਸ਼ਾਮ ਢਲ ਰਹੀ ਹੋਵੇਗੀ ਜਿਸ ਕਰਕੇ ਉਸ ਨੂੰ ਸਾਰਾ ਹੀ ਹਜ਼ਰੋ ਪਿਆਰਾ ਸੀ ਉਸ ਨੂੰ ਤਾਂ ਅਨਡਿਟ ਕਰਨਾ ਪਵੇਗਾ ਉਸ ਦੇ ਮਾਪਿਆਂ ਛੋਟੇ ਭਰਾਵਾਂ ਤੇ ਭੈਣਾਂ ਨੂੰ ਬਹੁਤ ਪਿਆਰ ਕਰਨਾ ਪਵੇਗਾ ਕਿਉਂਕਿ ਉਹ ਰਾਤ ਨੂੰ ਸਾਰਿਆਂ ਦੇ ਸੌਣ ਤੇ ਬੱਤੀਆਂ ਬੁਝਣ ਤੇ ਹੀ ਉਸ ਨੂੰ ਮਿਲ ਸਕੇਗੀ ਇਸ ਲਈ ਆਪਣੇ ਸਾਜਨ ਦੀ ਝੋਲੀ ਵਿੱਚ ਡਿਗਣ ਦੀ ਤੜਪ ਨੂੰ ਕਿੰਨਾ ਚਿਰੀ ਦਬਾ ਕੇ ਰੱਖਣਾ ਪਵੇਗਾ ਪ੍ਰੇਮੀ ਜੋੜੇ ਨੂੰ ਡੂੰਗੀ ਰਾਤ ਤੱਕ ਜਾਗਣਾ ਪਵੇਗਾ ਸ਼ਾਇਦ ਸਾਰੀ ਰਾਤ ਹੀ ਜਾਗਦਿਆਂ ਲੰਘ ਜਾਵੇ ਸਾਂਝੇ Hindu ਪਰਿਵਾਰ ਵਿੱਚ ਨਵ ਵਿਆਹੇ ਜੋੜਿਆਂ ਨੂੰ ਮਿਲਣ ਦਾ ਮੌਕਾ ਦਿਨ ਵੇਲੇ ਤਾਂ ਮਿਲਦਾ ਹੀ ਨਹੀਂ ਉਸ ਨੂੰ ਰਾਤ ਦੇ ਹਨੇਰ ਵਿੱਚ ਹੀ ਮਿਲ ਸਕੇਗੀ ਉਸ ਦੇ ਮਿਲਣ ਤੋਂ ਕਿੰਨੀ ਧੇਰ ਪਹਿਲਾਂ ਉਸ ਦੀਆਂ ਭੈਣਾਂ ਉਸ ਦੇ ਬੇਟੇ ਨੂੰ ਸਕੂਲੋਂ ਚੁੱਕ ਲੈ ਜਾਣਗੀਆਂ ਉਸ ਨੂੰ ਮਿਲੇਗਾ ਉਹ ਕਿੰਨੀ ਖੁਸ਼ ਹੋਵੇਗੀ ਉਹ ਸੋਚ ਰਹੀ ਸੀ ਕਿ ਉਸ ਦਾ ਦਿਲ ਕਿਵੇਂ ਉਛਲ-ਉਛਲ ਪਵੇਗਾ ਐਨੀ ਲੰਮੀ ਜੁਦਾਈ ਬਾਅਦ ਮਿਲਣ ਤੇ ਕਿਵੇਂ ਉਸ ਦੀਆਂ ਅੱਖਾਂ ਸੇਜਲ ਹੋ ਜਾਣਗੀਆਂ ਸਫਰ ਦੇ ਦੂਸਰੇ ਜਾਂ ਤੀਸਰੇ ਦਿਨ 라ਵਲਪਿੰਡੀ ਵੱਲ ਦਾ ਰਸਤਾ ਪਹਾੜੀ ਖੱਡਾਂ ਵਿੱਚੋਂ ਲੰਘਦਾ ਹੋਣ ਕਰਕੇ ਔਖੜ ਸੀ। ਇਸੇ ਕਰਕੇ ਹੀ ਉੱਥੇ ਬਿਲਕੁਲ ਸਨਾਟਾ ਸੀ। ਉਹ ਉੱਥੇ ਸ਼ਿਖਰ ਦੁਪਹਿਰੇ ਪਹੁੰਚੇ ਜਦੋਂ ਸਾਰੇ ਮੁਸਾਫਰ ਆਪਣੇ ਆਪਣੇ ਜਾਨਵਰਾਂ ਤੋਂ ਸਮਾਨ ਲਾ ਉਹਨਾਂ ਨੂੰ ਦਰਖਤਾਂ ਏਡ ਬਣ ਆਪ ਛਾਵੇਂ ਆਰਾਮ ਕਰਨ ਲਈ ਲੇਟ ਗਏ ਸਨ। ਤਾਂ ਜੋ ਸ਼ਾਮ ਦੇ ਸਫ਼ਰ ਲਈ ਤਾਜ਼ਾ ਦਮ ਹੋ ਜਾਵੇ। ਦਿਨ ਨੂੰ ਗਰਮੀ ਕਰਕੇ ਸਫ਼ਰ ਸਵੇਰੇ ਅਤੇ ਸ਼ਾਮ ਸਮੇਂ ਹੀ ਹੁੰਦਾ ਸੀ ਦੁਪਹਿਰ ਆਰਾਮ ਲਈ ਹੁੰਦੀ ਨੀਲੀ ਕੋੜੀ ਅਤੇ ਇਸ ਦੀ ਸੋਹਣੀ ਅਸਵਾਰ ਨੂੰ ਦੁਪਹਿਰ ਇਨ੍ਹਾਂ ਪਹਾੜੀ ਘਾਟੀਆਂ ਵਿੱਚ ਆਈ ਬ੍ਰਾਹਮਣ ਅਤੇ ਕੋੜੀ اٹਕ ਗਏ ਲੜਕੀ ਨੇ ਸੋਚਿਆ ਕਿ ਉਹ ਕੋੜੀ ਤੋਂ ਉਤਰ ਕੇ ਆਰਾਮ ਕਰ ਲਵੇ ਦਰਖਤਾਂ ਕੋਈ ਦਿਸ ਨਹੀਂ ਸੀ ਰਿਆ ਉਹ ਕਿਸੇ ਪੱਥਰ ਦੀ ਛਾਂਵੇਂ ਹੀ ਬੈਠ ਸਕਦੀ ਸੀ ਉਹ ਹਜ਼ਰੋ ਪੁੱਜਣ ਦੀ ਬੇਸਬਰੀ ਵਿੱਚ ਥਕਾਵਟ ਹੀ ਨਹੀਂ ਸੀ ਮਹਿਸੂਸ ਕਰਦੀ ਪਰ ਫਿਰ ਵੀ ਆਰਾਮ ਤਾਂ ਕਰਨਾ ਹੀ ਸੀ ਪਰ ਬ੍ਰਾਹਮਣ ਦੀ ਕੁਝ ਹੋਰ ਹੀ ਚਾਲ ਸੀ ਅਸਲ ਵਿੱਚ ਲੜਕੀ ਦੇ ਗਹਿਣੇ ਦੇਖ ਕੇ ਉਹ ਅਮੀਰ ਬਣਨ ਦੇ ਲਾਲਚ ਵਿੱਚ ਆ ਗਿਆ ਸੀ ਉਹ ਸੋਚ ਰਿਹਾ ਸੀ ਕਿ ਲੜਕੀ ਨੂੰ ਮਾਰ ਕੇ ਤੇ ਗਹਿਣੇ ਲੈ ਕੇ ਉਹ ਕਿਸੇ ਹੋਰ ਸ਼ਹਿਰ ਜਾ ਵਸੇਗਾ ਅਤੇ ਮੁੜ ਹਜ਼ਰੋ ਨਹੀਂ ਜਾਵੇਗਾ ਦੁਨੀਆ ਐਨੀ ਵੱਡੀ ਹੈ ਪਿੰਡੇ ਐਨੇ ਲੰਮੇ ਨੇ ਉਹਨੂੰ ਕੋਈ ਕਿੱਥੋਂ ਲੱਭ ਲਵੇਗਾ ਇਸ ਪਾਠ ਚੋਂਕਣ ਨਾਲੋਂ ਕਿਉਂ ਨਾ ਉਹ ਅਮੀਰ ਹੋ ਕੇ ਮਜ਼ੇ ਦੀ ਜ਼ਿੰਦਗੀ ਬਿਤਾਵੇ ਨਾ ਨੂੰ ਤਾਂ ਇਹ ਲੋਕ ਉਸ ਦੇ ਸ਼ਰਧਾਲੂ ਨੇ ਪਰ ਉਸ ਨੂੰ ਇਹਨਾਂ ਦਾ ਗਲਮ ਕਰਨਾ ਪੈਂਦਾ ਹੈ ਨਾ ਉਸ ਨੂੰ ਆਪ ਅਤੇ ਨਾ ਹੀ ਉਸ ਦੇ ਸਰੋਤਿਆਂ ਨੂੰ ਸੰਸਕ੍ਰਿਤ ਦਾ ਕੋਈ ਸ਼ਬਦ ਆਉਂਦਾ ਹੈ ਬਸ ਹਰ ਮੌਕੇ ਤੇ ਉਹ ਸਲੋਕ ਪੜ੍ਹ ਦਿੰਦਾ ਹੈ ਉਹ ਇਸ ਪੇਸ਼ੇ ਵਿੱਚ ਕਿਉਂ ਫਸਿਆ ਰਿਹਾ ਉਹ ਜੋਤਿਸ਼ ਵਿਦਿਆ ਦਾ ਵੀ ਕੋਈ ਸਿਰ ਪੈਰ ਨਹੀਂ ਜਾਣਦਾ ਉਹ ਸੋਚਿਆ ਕਿ ਜੋ ਜ਼ਿੰਦਗੀ ਉਹ ਜੀ ਰਿਹਾ ਸੀ ਉਹ ਇੱਕ ਫਰੇਬ ਹੀ ਤਾਂ ਸੀ ਉਹ ਇੱਕ ਦੂਰ ਦੂਰੇਡੇ ਸ਼ਹਿਰ ਵਿੱਚ ਆਪਣੀ ਬ੍ਰਾਹਮਣ ਜਾਤ ਅਤੇ ਇਸ ਸੋਨੇ ਦੇ ਆਸਰੇ ਇੱਕ ਇੱਜ਼ਤਦਾਰ ਜੀਵਨ ਬਤੀਤ ਕਰਨ ਦੀ ਕਲਪਨਾ ਕਰ ਰਿਹਾ ਸੀ ਆਖਰ ਸੋਨਾ ਸੋਨਾ ਹੀ ਹੈ ਇਹ ਸਾਰੇ ਪਾਪ ਢੱਕ ਲੈਂਦਾ ਹੈ ਇਸ ਨਾਲ ਹਰ ਥਾਂ ਸਾਰੇ ਗੁਣ ਪ੍ਰਾਪਤ ਕੀਤੇ ਜਾ ਸਕਦੇ ਹਨ ਦੂਸਰੀ ਦੁਨੀਆ ਕਿਸ ਦੇਖੀ ਹੈ ਕੀ ਕਿਸੇ ਨੇ ਰੱਬ ਅੱਖੀਂ ਵੇਖਿਆ ਹੈ ਇਹ ਸਾਡੇ ਆਪਣੇ ਵਿਚਾਰ ਨੇ ਕੁਝ ਚਾਲਾਕ ਦਿਮਾਗਾਂ ਦੀ ਕਾੜ ਕਿਉਂ ਨਾ ਇਹਨਾਂ ਨੂੰ ਇੱਕ ਚਪੇੜ ਮਾਰ ਕੇ ਇੱਕ ਬੱਚੇ ਦੀ ਤਰ੍ਹਾਂ ਚੁੱਪ ਕਰਾ ਦਿਆਂ ਅਤੇ ਇਸ ਔਰਤ ਦਾ ਗਹਿਣਾ ਗੱਟਾ ਲੁੱਟ ਕੇ ساری ਰਹਿਂਦੀ ਉਮਰ ਇੱਜ਼ਤ ਤੇ ਆਰਾਮ ਨਾਲ ਬਸਰ ਕਰਾਂ ਇਸ ਥਾਂ ਲੁਟੇਰੇ ਵੀ ਤਾਂ ਬਹੁਤੇ ਰਹੇ ਨੇ ਕੌਣ ਦੱਸਣ ਵਾਲਾ ਹੈ ਕਿ ਮੈਂ ਹੀ ਇਸ ਔਰਤ ਨੂੰ ਲੁੱਟਿਆ ਹੈ ਤੇ ਮਾਰਿਆ ਹੈ ਮੈਨੂੰ ਕਿਹੜਾ ਲੱਭੇਗਾ ਤੇ ਫਿਰ ਕਿੱਥੇ ਮੈਂ ਸਿੱਧਾ ਬਨਾਰਸ ਜਾ ਕੇ ਅਣਜਾਣੇ ਲੋਕਾਂ ਵਿੱਚ ਰਹਾਗਾ ਮੰਨ ਲਓ ਉਹ ਮਰੀ ਪਈ ਮਿਲ ਵੀ ਜਾਂਦੀ ਹੈ ਮੇਰੇ ਤੇ ਕੋਈ ਸ਼ੱਕ ਨਹੀਂ ਕਰੇਗਾ ਉਹ ਸੋਚਣਗੇ ਕਿ ਬ੍ਰਾਹਮਣ ਲੜਕੀ ਅਤੇ ਬੱਚੇ ਨੂੰ ਲੁਟੇਰਿਆਂ ਨੇ ਮਾਰ ਦਿੱਤਾ ਹੋਵੇਗਾ ਅਤੇ ਗਹਿਣੇ ਵੀ ਉਹੀ ਲੈ ਗਏ ਹੋਣਗੇ ਇਸ ਤਰ੍ਹਾਂ ਦੇ ਹਜ਼ਾਰਾਂ ਸਵਾਲ ਉਸਦੇ ਮਨ ਵਿੱਚ ਉਲਝਦੇ ਰਹੇ ਅਤੇ ਅਖੀਰ ਉਹ ਲਾਲਚ ਵਿੱਚ ਆ ਹੀ ਗਿਆ ਇਹ ਕੁੜੀਏ ਮੂਰਖੇ ਕੋੜੀ ਟੋਂਠਾ ਉਤ ਤੂੰ ਕੀ ਸਮਝਦੀ ਹੈ ਕਿ ਮੈਂ ਤੇਰੇ ਪਿਆਰ ਦਾ ਗੁਲਾਮ ਆ ਬਈ ਸਾਰਾ ਰਸਤਾ ਤੁਰਿਆ ਜਾਵਾਂ ਤੇ ਤੂੰ ਨਵਾਬੀ ਸ਼ਾਨ ਨਾਲ ਘੋੜੀ ਤੇ ਚੜੇ ਰਹੇ ਠਾਉ ਉਤਰ ਬੇਅਕਲ ਨਾ ਹੋਵੇ ਤਾਂ ਉਸਨੇ ਕਿਹਾ ਪ੍ਰੋਹ ਜੀ ਕੀ ਗੱਲ ਆਂ ਚ ਪਾਗਲ ਹੋ ਗਏ ਹੋ ਧੁੱਪ ਵਿੱਚ ਜ਼ਿਆਦਾ ਤੁਰਨ ਨਾਲ ਤੁਹਾਡਾ ਦਿਮਾਗ ਤਾਂ ਖਰਾਬ ਨਹੀਂ ਹੋ ਗਿਆ ਕਿਤੇ ਤੁਸੀਂ ਆਪਣੇ ਆਪ ਵਿੱਚ ਨਹੀਂ ਲੱਗਦੇ ਤੁਹਾਡੀਆਂ ਅੱਖਾਂ ਇੱਕ ਪਾਗਲ ਆਦਮੀ ਦੀਆਂ ਅੱਖਾਂ ਵਰਗੀਆਂ ਤੁਹਾਡੀਆਂ ਗੱਲਾਂ ਵਿੱਚੋਂ ਵਿਰੋਧ ਦੀ بو ਆਉਂਦੀ ਏ ਤੁਸੀਂ ਘੋੜੀ ਲੈ ਲਓ ਤੇ ਚੜੇ ਚੱਲੋ ਮੈਡਿਕ ਦੀ ਟੈਂਟ ਦੀ ਹਜ਼ਾਰੋਂ ਤੱਕ ਪੈਦਲ ਹੀ ਚਲੀ ਜਾਵਾਂਗੀ ਮੈਂ ਤੁਹਾਨੂੰ ਤਕਲੀਫ ਨਹੀਂ ਦੇਣੀ ਚਾਹੁੰਦੀ ਉਸ ਲੜਕੀ ਨੇ ਕਿਹਾ ਪਰ ਹੁਣ ਉਹ ਉਤਰ ਆਈ ਬ੍ਰਾਹਮਣ ਨੇ ਘੋੜੀ ਦਾ ਰੱਸਾ ਅੱਧਾ ਵਟ ਲਿਆ ਉਸ ਨੇ ਘੋੜੀ ਅੱਧੇ ਰੱਸੇ ਦੇ ਇੱਕ sire ਨੂੰ ਬਹੁਤ ਭਾਰੀ ਸਿਲੇਟ ਦੇ ਕੇ ਬੰਨ ਦਿੱਤੀ ਉਹ ਰਸੇ ਦਾ ਦੂਸਰਾ ਅੱਧਾ ਹਿੱਸਾ ਲੈ ਕੇ ਮੁੜਿਆ ਉਸ ਦੀਆਂ ਅੱਖਾਂ ਕਿਸੇ ਆਦਮ ਖੋਰ ਜਾਨਵਰ ਦੀ ਤਰ੍ਹਾਂ ਲਾਲੀ ਨਾਲ ਭੱਕ ਰਹੀਆਂ ਸਨ ਉਸ ਨੇ ਰਸੇ ਨਾਲ ਉਸ ਲੜਕੀ ਦੇ ਹੱਥ ਪੈਰ ਇਕੱਠੇ ਕਰਕੇ ਗਿੱਟਿਆਂ ਕੋਲੋਂ ਬੰਨ੍ਹ ਦਿੱਤੇ ਅਤੇ ਉਸ ਨੂੰ ਬੇਬਸ ਕਰਕੇ ਛੁੱਡ ਦਿੱਤਾ ਮੈਨੂੰ ਤੇਰੇ ਸਾਰੇ ਗਹਿਣੇ ਚਾਹੀਦੇ ਨੇ ਤੁਸੀਂ ਦੁਕਾਨਦਾਰ ਦੌਲਤ ਇਕੱਠੀ ਕਰਦੇ ਹੋ ਤੇ ਅਸੀਂ ਤੁਹਾਡੀਆਂ ਟੁਕੜੀਆਂ ਤੇ ਪਲਦੇ ਹਾਂ ਮੈਂ ਹੁਣ ਇਹ ਅਨਿਆ ਨਹੀਂ ਸਹਿ ਸਕਦਾ ਇਹ ਕਹਿੰਦਿਆਂ ਇੱਕ ਲੁਟੇਰੀ ਦੀ ਤਰ੍ਹਾਂ ਉਸਦੇ ਗਹਿਣੇ ਲਾਉਣ ਲੱਗਾ ਇਹ ਵੀ ਪਰਵਾਹ ਨਾ ਕੀਤੀ ਕਿ ਉਸਦੇ ਕੋਈ ਜ਼ਖਮ ਹੁੰਦਾ ਹੈ ਜਾਂ ਸੱਟ ਪੇਟ ਵੱਜਦੀ ਹੈ ਸਾਰੀ ਨਕਦੀ ਅਤੇ ਜ਼ੇਵਰ ਲੁੱਟ ਕੇ ਉਸ ਇੱਕ ਕਪੜੇ ਦੀ ਪੋਟਲੀ ਵਿੱਚ ਮੰਨ ਲੈ ਹੁਣ ਉਸ ਲੜਕੀ ਨੂੰ ਮਾਰਨ ਦੀ ਤਿਆਰੀ ਕੀਤੀ ਉਸ ਦੀ ਚੁੰਨੀ ਲੈ ਕੇ ਉਸਦੇ ਗਲ ਵਿੱਚ ਪਾਈ ਅਤੇ ਵੱਟਾ ਛਾੜ ਕੇ ਉਸ ਦਾ ਗਲ ਘੁੱਟਣ ਲੱਗ ਪਿਆ ਬੱਚੇ ਨੇ ਅਜਿਆਂ ਹੁੰਦਾ ਦੇਖਿਆ ਤਾਂ ਉਹ ਡਾਡਾ ਮਾਰਨ ਲੱਗ ਪਿਆ। ਬ੍ਰਾਹਮਣ ਡਰ ਗਿਆ ਕਿ ਬੱਚੇ ਦਾ ਰੋਣਾ ਸੁਣ ਕੇ ਕੋਈ ਕਿਤੇ ਉਹ ਆਈ ਨਾ ਜਾਵੇ। ਅਤੇ ਉਹ ਰੰਗੇ ਹਾਥੀ ਹੀ ਨਾ ਫੜਿਆ ਜਾਵੇ। ਪਹਿਲਾਂ ਇਸ ਨੂੰ ਕਿਸੇ ਪੱਥਰ ਦਬਾਦਿਆ। ਇਹ ਕਹਿੰਦਿਆਂ ਬੱਚੇ ਨੂੰ ਮਾਰਨ ਲਈ ਉਸ ਇੱਕ ਪੱਥਰ ਚੁੱਕਿਆ। ਪਰ ਮਾਂ ਚੀਕ ਉੱਠੀ ਆ ਤੇ ਉਸ ਮਿੰਤਾ ਕੀਤੀਆਂ। ਅਸਲ ਵਿੱਚ ਉਸ ਦਾ ਮੂੰਹ ਬੰਦ ਕਰਨਾ ਭੁੱਲ ਗਿਆ ਸੀ। ਰੱਬ ਦੇ ਵਾਸਤੇ ਬੱਚੇ ਨੂੰ ਉਸ ਦੀ ਮਾਂ ਦੀਆਂ ਅੱਖਾਂ ਤੋਂ ਪਰੇ ਲੈ ਜਾ ਸਾਹਮਣੇ ਨਾ ਮਾਰ। ਆਖਰ ਤੂੰ ਇੱਕ ਬ੍ਰਾਹਮਣ ਦੀ ਔਲਾਦ ਹੈ ਉਸ ਲੜਕੀ ਨੇ ਕਿਹਾ। ਉਸ ਬੱਚੇ ਨੂੰ ਲਿਆ ਤੇ ਘਾਟੀ ਦਾ ਮੋੜ ਮੁੜ ਕੇ ਉੱਪਰ ਵੱਲ ਚਲਾ ਗਿਆ। ਅਤੇ ਉਸ ਦੀਆਂ ਅੱਖਾਂ ਤੋਂ ਓਜਲ ਹੋ ਗਿਆ। ਬੱਚੇ ਨੂੰ ਚੁੱਕ ਕੇ ਲੈ ਜਾਣ ਤੇ ਹੀ ਮਾਂ ਬੇਹੋਸ਼ ਹੋ ਗਈ। ਉਹ ਆਪਣੇ ਬੱਚੇ ਤੇ ਹਰ ਚੀਜ਼ ਤੋਂ ਲੁੱਟੀ ਪੁੱਟੀ ਉਸ ਘਾਟੀ ਵਿੱਚ ਪਈ ਸੀ। ਜਿਵੇਂ ਦੁਨੀਆ ਦਾ ਸੂਰਜ ਹੀ ਲੁੱਟਿਆ ਗਿਆ ਹੋਵੇ ਕਈ ਘੰਟੇ ਬੀਤ ਗਏ ਬ੍ਰਾਹਮਣ ਮੁੜ ਕੇ ਨਾ ਆਇਆ ਜਦੋਂ ਉਸ ਨੂੰ ਹੋਸ਼ ਆਈ ਤੇ ਉਸ ਅੱਖਾਂ ਖੋਲੀਆਂ ਤਾਂ ਸ਼ਾਮ ਢਲ ਚੁੱਕੀ ਸੀ ਕੁਝ ਆ ਜਿਹੜੀ ਆਪਣੀਆਂ ਬੱਕਰੀਆਂ ਸਮੇਤ ਘਾਰਾਂ ਨੂੰ ਪਰਤ ਰਿ ਸ ਉਸ ਨੇ ਉਹਨਾਂ ਨੂੰ ਆਵਾਜ਼ ਦਿੱਤੀ ਉਸ ਨੂੰ ਭੂਤ ਸਮਝ ਕੇ ਦੌੜ ਪਏ ਨਜ਼ਰਾਂ ਸਾਹਮਣੇ ਹੀ ਹੋਣ ਕਰਕੇ ਉਸ ਫਿਰ ਆਵਾਜ਼ ਦਿੱਤੀ ਅਤੇ ਅਰਜ਼ੋਈ ਕੀਤੀ ਮੈਂ ਸਾਗਰੀ ਦੀ ਤੀ ਹਾਂ ਡਰੋ ਨਾ ਮੈਂ ਭੂਤ ਨਹੀਂ ਹਾਂ ਇਹ ਸੁਣ ਕੇ ਉਹ ਕੋਲ ਆਏ ਅਤੇ ਸਾਰੀ ਵਿਥਿਆ ਸੁਣੀ ਮੇਰਾ ਬੱਚਾ ਜ਼ਰੂਰ ਮਾਰ ਦਿੱਤਾ ਹੋਵੇਗਾ ਤੇ ਬ੍ਰਾਹਮਣ ਗਹਿਣੇ ਲੈ ਕੇ ਉਸ ਪਾਸੇ ਵੱਲ ਦੌੜ ਗਿਆ ਹੋਵੇਗਾ ਨੀਲੀ ਘੋੜੀ ਉੱਥੇ ਇੱਕ ਸਿਲ ਨਾਲ ਬੰਨੀ ਹੋਈ ਸੀ ਉਹ ਘੋੜੀ ਤੇ ਚੜ ਕੇ ਚਲਾ ਗਿਆ ਹੋਵੇਗਾ ਮੈਂ ਮਿੰਨਤ ਕਰਦੀ ਹਾਂ ਇਹ ਮੋੜ-ਮੁੜ ਕੇ ਮੇਰਾ ਬੱਚਾ ਮੈਨੂੰ ਲਿਆ ਦਿਓ ਮੇਰੇ ਬੰਧਨ ਖੋਲ ਦਿਓ ਮੈਨੂੰ ਮੇਰੇ ਮਾਪਿਆਂ ਕੋਲ ਲੈ ਚੱਲੋ ਉਹਨਾਂ ਨੂੰ ਪਤਾ ਲੱਗੇ ਕਿ ਉਹਨਾਂ ਦੀ ਬੇਟੀ ਤੇ ਕੀ ਬੀਤੀ ਹੈ ਦੋ ਆਜੜੀ ਰਸੇ ਦੀਆਂ ਗੰਡਾਂ ਖੋਲਣ ਲੱਗ ਪਏ ਜਿਸ ਨਾਲ ਉਸਦੇ ਹੱਥ ਪੈਰ ਬੰਨੇ ਹੋਏ ਸਨ ਤੇ ਅਤੇ ਇੱਕ ਜਣਾ ਘਾਟੀ ਦੇ ਉੱਪਰਲੇ ਪਾਸੇ ਵੱਲ ਬੱਚੇ ਦੀ ਪਾਲ ਵਿੱਚ ਚਲਾ ਗਿਆ ਘੋੜੀ ਉੱਥੇ ਚੁੱਪ ਅਤੇ ਉਦਾਸ ਖੜੀ ਸੀ ਬ੍ਰਾਹਮਣ ਠੰਡਾ ਹੋਇਆ ਪਿਆ ਸੀ ਅਤੇ ਬੱਚਾ ਇੱਕ ਵਿਰਾਟ ਕਾਲੇ नाग ਦੇ ਕੁੰਡਲਾਂ ਵਿੱਚ ਲਿਪਟਿਆ ਹੱਸ ਰਿਹਾ ਸੀ ਔ ਜਿਹੜੀ ਇਸ ਭਿਆਨਕ ਦ੍ਰਿਸ਼ ਤੋਂ ਡਰ ਕੇ ਮੁੜ ਆਇਆ ਅਤੇ ਜੋ ਦੇਖਿਆ ਸੀ ਉਸ ਲੜਕੀ ਨੂੰ ਦੱਸ ਦਿੱਤਾ ਬੱਚੇ ਬਾਰੇ ਸੋਚਣ ਦਾ ਕੋਈ ਲਾਭ ਨਹੀਂ ਉਸਨੇ ਕਿਹਾ ਇੱਕ ਵਿਕਰਾਲ ਸੱਪ ਉਸ ਨਾਲ ਖੇਡ ਰਿਹਾ ਹੈ ਅਤੇ ਛੇਤੀ ਉਹ ਠੰਡਾ ਹੋ ਜਾਵੇਗਾ ਬ੍ਰਾਹਮਣ ਮਰਿਆ ਪਿਆ ਹੈ ਉਸ ਨੂੰ नाग ਨਹੀਂ ਡੰਗਿਆ ਹੋਵੇਗਾ ਤੇਰੀ ਕੋੜੀ ਏਵੇਂ ਇਸ ਤੇ ਚੜ ਜਾ ਅਸੀਂ ਤੈਨੂੰ ਰਾਤੋਂ ਰਾਤ ਤੇਰੇ ਪਿੰਡ ਪਹੁੰਚਾ ਦਿੰਦੇ ਹਾਂ ਤੇਰੇ ਪੁੱਤਰ ਨੂੰ ਉਸ ਨਾਗ ਤੋਂ ਬਚਾਉਣਾ ਬਿਲਕੁਲ ਅਸੰਭਵ ਹੈ ਉਹ ਉਸ ਨੂੰ ਮਨਾ ਕੇ ਮੁੱਖ ਰਸਤੇ ਤੇ ਲੈ ਆਏ ਪਰ ਉਹ ਕਹਿਣ ਲੱਗੀ ਨਹੀਂ ਪ੍ਰਾਵੋ ਨਹੀਂ ਮੈਂ ਤੁਹਾਡੇ ਨਾਲ ਨਹੀਂ ਜਾ ਸਕਦੀ ਜਿਸ ਨਾਗ ਨੇ ਮੇਰੇ ਬੱਚੇ ਨੂੰ ਡੰਗਿਆ ਹੈ ਉਹ ਮੈਨੂੰ ਵੀ ਡੰਗ ਲਾਵੇ ਮੈਂ ਆਪਣੇ ਬੱਚੇ ਨੂੰ ਛੱਡ ਕੇ ਨਹੀਂ ਜਾ ਸਕਦੀ ਇਹ ਕਹਿੰਦਿਆਂ ਉਹ ਹਨੇਰੀ ਦੀ ਤਰ੍ਹਾਂ ਉਸ ਥਾਂ ਵੱਲ ਵਾਪਸ ਮੁੜੀ ਜਿੱਥੇ ਕੇ ਉਸ ਦਾ ਬੱਚਾ ਸੀ ਨਾਗ ਮਾਂ ਨੂੰ ਦੇਖਦਿਆਂ ਹੀ ਇੱਕ ਪਾਸੇ ਸਰਗ ਗਿਆ ਉਸ ਆਪਣੇ ਬੱਚੇ ਨੂੰ ਜਾ ਚੁੱਕਿਆ ਤੇ ਆਪਣੀ ਹਿੱਕ ਨਾਲ ਘੁੱਟ ਲਿਆ ਉਸ ਚੁੰਮਣਾ ਨਾਲ ਬੱਚੇ ਨੂੰ ਨਵਾ ਹੀ ਦਿੱਤਾ ਬ੍ਰਾਹਮਣ ਉੱਥੇ ਮਰਿਆ ਪਿਆ ਸੀ ਉਸ ਨੇ ਉਸ ਦਾ ਅਫਸੋਸ ਕੀਤਾ ਤੇ ਆਪਣੀ ਨੀਲੀ ਘੋੜੀ ਤੇ ਚੜ ਕੇ ਵਾਪਸ ਆਪਣੇ ਪੇਕੇ ਪਿੰਡ ਆ ਗਈ ਆ ਜਿਹੜੀ ਉਸ ਨੂੰ ਛੱਡਣ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ